ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਸਸਿਕਾਲ ਜੀ ਮੈਂ ਸੁਖਾ ਬਸ਼ਰ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਪੰਜਾਬ ਦੇ ਜਿਹੜੇ ਹਾਲਾਤ ਨੇ ਉਹਨਾਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹਰ ਵਾਰ ਤੁਹਾਡੇ ਨਾਲ ਜਿਹੜੀਆਂ ਡੀਪਲੀ ਪੰਜਾਬ ਦੀਆਂ ਗੱਲਾਂ ਆਪਾਂ ਕਰਦੇ ਆਂ ਉੱਥੇ ਪੰਜਾਬ ਦੀ ਜਿਹੜੀ ਇਹ ਵੱਡੀ ਗੱਲ ਕਰੀਏ ਤੇ ਇਸ ਵੇਲੇ ਗੱਲ ਕਰਨ ਜਾ ਰਹੇ ਆਂ ਜੀ ਲੋਹੜੀ ਦੀ ਲੋੜੀ ਜਿਹੜੀ ਕਿ ਜਨਵਰੀ ਦੇ ਵਿੱਚ ਆ ਰਹੀ ਆ ਔਰ ਲੋੜੀ ਜਿਹੜੀ ਆ ਤੁਸੀਂ ਸੁਣਦੇ ਹੋਗੇ ਕਿ ਮੁੰਡਿਆਂ ਦੀ ਲੋੜੀ ਪਾਈ ਜਾਂਦੀ ਆ ਔਰ ਲੋੜੀ ਜਿਹੜੀ ਆ ਕੱਲੇ ਮੁੰਡਿਆਂ ਦੀ ਨਹੀਂ ਪਾਈ ਜਾਂਦੀ ਕਿਉਂਕਿ ਪੰਜਾਬ ਦਾ ਇੱਕ ਪਿੰਡ ਆ ਜੀ ਘੜਕਾ ਜਿਹੜਾ ਕਿ ਫਗਵਾੜੇ ਦੇ ਬਿਲਕੁਲ ਨਾਲ ਲੱਗਦਾ ਔਰ ਉਸ ਪਿੰਡ ਦੇ ਵਿੱਚ ਜੋਲ ਫਾਰਮ ਕਾਫੀ ਮਸ਼ਹੂਰ ਜਿਹੜਾ ਜੋਲ ਫਾਰਮ ਹੈਗਾ ਔਰ ਪਿੰਦੂ ਜੋਲ ਜਿਹੜੇ ਕਿ ਯੂਕੇ ਤੋਂ ਆ ਔਰ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਇੱਕ ਸੁਸਾਇਟੀ ਬਣਾਈ ਗਈ ਆ ਜਿਹਦੇ ਵੱਲੋਂ ਹਰ ਸਾਲ 2100 ਜਿਹੜੀ ਕੁੜੀਆਂ ਦੀ ਲੋੜੀ ਪਾਈ ਜਾਂਦੀ ਆ ਕਿਹਾ ਜਾਂਦਾ ਕਿ 500 ਕੁੜੀਆਂ ਦੀ ਲੋੜੀ ਤੋਂ ਸਟਾਰਟ ਕੀਤਾ ਸੀ ਔਰ ਕਰਦੇ ਕਰਾਉਂਦੇ 2100 ਕੁੜੀਆਂ ਦੀ ਲੋੜੀ ਜਿਹੜੀ ਆ ਲਗਭਗ ਹਰ ਸਾਲ ਇੱਥੇ ਪਾਈ ਜਾਂਦੀ ਆ ਔਰ ਦੋਸਤੋ ਇਹਨਾਂ ਦੀ ਅੱਜ ਪੂਰੀ ਟੀਮ ਜਿਹੜੀ ਇੱਥੇ ਮੌਜੂਦ ਆ ਔਰ ਨਾਲ ਬਾਰਿਸ ਭਰਾਵਾ ਦੀ ਗੱਲ ਕਰੀਏ ਤੇ ਮਨਮੋਹਨ ਵਾਰਿਸ ਭਾਜੀ ਜਿਹੜੇ ਆ ਉਹ ਬਿਲਕੁਲ ਅੱਜ ਇੱਥੇ ਆਪਣੇ ਨਾਲ ਮੌਜੂਦ ਆ ਔਰ ਪਿੰਦੂ ਜੋਲ ਸਾਹਿਬ ਉਹ ਵੀ ਆਪਣੇ ਨਾਲ ਮੌਜੂਦ ਆ ਔਰ ਗੱਲਬਾਤ ਕਰਦੇ ਇਹਨਾਂ ਤੋਂ ਪੂਰੀ ਜਾਣਕਾਰੀ ਲੈਣੇ ਆ ਵੀ ਜਿਹੜੀ ਇਸ ਵਾਰ ਦੀ ਲੋੜੀ ਆ ਉਹ ਕਿਸ ਤਰੀਕੇ ਨਾਲ ਪਾਈ ਜਾਊਗੀ ਸਾਸਿਕਾ ਭਾਜੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਨਾਲ ਪਿੰਦੂ ਜੋਲ ਯੂਕੇ ਸਰਦਾਰ ਤਲਵਛਨ ਸਿੰਘ ਜੋਲ ਵਰ ਯੂਕੇ ਉਹਨਾਂ ਦੇ ਸਤਨਾਮ ਸਿੰਘ ਬਾੜਾ ਜਿਹੜੇ ਇਸ ਵੇਲੇ ਇੱਥੇ ਬਰਾਜਮਾਨ ਨਹੀਂ ਹੈਗੇ ਉਹਨਾਂ ਵੱਲੋਂ ਪਿਛਲੇ ਬਹੁਤ ਸਾਲਾਂ ਤੋਂ ਇਹ ਜਿਹੜੇ ਸਮਾਜ ਸੇਵੀ ਕੰਮ ਕੀਤੇ ਜਾਂਦੇ ਆ ਸੋ ਜਿਹੜਾ ਅਗਲੇ ਸਾਲ ਦੀ ਗੱਲ ਆ 2022 ਜਦੋਂ ਚੜਨਾ ਆ ਜਨਵਰੀ ਦੇ ਦੂਜੇ ਹਫ਼ਤੇ ਇਹ ਸਾਰੇ ਜਿਹੜੇ ਫੰਕਸ਼ਨ ਆ ਉਹ ਕੀਤੇ ਜਾਣਗੇ ਜਿਹਦੇ ਵਿੱਚ ਅੱਖਾਂ ਦਾ ਕੈਂਪ ਲਾਇਆ ਜਾਂਦਾ ਖੂਨਦਾਨ ਕੈਂਪ ਤੇ ਲੋੜਵੰਦ ਜਿਹੜੀਆਂ ਬੱਚੀਆਂ ਆ ਲੋੜਵੰਦ ਪਰਿਵਾਰ ਜਿਹੜੇ ਆ ਉਹਨਾਂ ਦੀਆਂ ਬੱਚੀਆਂ ਦੇ ਵਿਆਹ ਕੀਤੇ ਜਾਣੇ ਆ ਤੇ ਇਹ ਤਿੰਨ ਦਿਨ ਫੰਕਸ਼ਨ ਚੱਲਣੇ ਆ ਤੇ ਚੌਥੇ ਦਿਨ ਲਾਸਟ ਡੇ ਜਿਹੜੀ ਕੁੜੀਆਂ ਦੀ ਬੱਚੀਆਂ ਦੀ ਨਵਜਨਮੀਆਂ ਬੱਚੀਆਂ ਉਹਨਾਂ ਦੀ ਲੋੜੀ ਪਾਈ ਜਾਣੀ ਆ ਜਿਵੇਂ ਤੁਸੀਂ ਕਿਹਾ ਕਿ 2100 ਲੜਕੀਆਂ ਦੀ ਲੋੜੀ ਪਾਈ 3100 ਪਾਇਆ ਪਿਛਲੀ ਵਾਰੀ ਪਰ ਇਸ ਵਾਰੀ ਪਿੰਦੂ ਜੋਲ ਹੁਣਾ ਵੱਲੋਂ ਇਹ ਅਨਾਉਂਸ ਕੀਤਾ ਗਿਆ ਕਿ 5100 ਲੜਕੀਆਂ ਜਿਹੜੀਆਂ ਉਹਨਾਂ ਦੀ 2022 ਦੇ ਜਨਵਰੀ ਦੇ ਦੂਜੇ ਹਫਤੇ ਡੇਟ ਅਸੀਂ ਅਨਾਉਂਸ ਕਰਾਂਗੇ ਉਹ 9 10 11 ਇਹਦੇ ਆਸ-ਪਾਸ ਹੋਏਗੀ ਜਨਵਰੀ ਇੱਥੇ ਜੋਲ ਫਾਰਮ ਘੁੜਕਾ ਦੇ ਵਿੱਚ 5100 ਲੜਕੀਆਂ ਦੀ ਨਵਜਨਮੀਆਂ ਲੜਕੀਆਂ ਦੀ ਲੋੜੀ ਪਾਈ ਜਾਊਗੀ ਜੀ ਔਰ ਭਾਜੀ ਗੱਲ ਕਰੀਏ ਪੰਜਾਬ ਦੀ ਲੀਡਰਸ਼ਿਪ ਦੀ ਤੇ ਜਿਹੜੇ ਪੰਜਾਬ ਦੇ ਲੀਡਰ ਨੇ ਬਹੁਤ ਵੱਡੇ ਵੱਡੇ ਜਿਹੜੇ ਲੀਡਰ ਆ ਇਸ ਲੋੜੀ ਦੇ ਵਿੱਚ ਸ਼ਿਰਕਤ ਕਰਦੇ ਆ ਔਰ ਸੁਣਨ ਦੇ ਵਿੱਚ ਆਇਆ ਕਿ ਪੁਰਨੀਤ ਕੌਰ ਜੀ ਤੋਂ ਲੈ ਕੇ ਜਿਹੜੇ ਹੋਰ ਵੀ ਵੱਡੇ ਲੀਡਰ ਨੇ ਜਾਂ ਛੋਟੇ ਲੀਡਰ ਨੇ ਇਸ ਲੋੜੀ ਦੇ ਵਿੱਚ ਸ਼ਿਰਕਤ ਕਰ ਚੁੱਕੇ ਆ ਇਸ ਵਾਰ ਕੀ ਅਸਾਰ ਨੇ ਕਿ ਕਿਹੜੇ ਕਿਹੜੇ ਲੀਡਰ ਜਿਹੜੇ ਆ ਲਗਭਗ ਲੱਗਦਾ ਕਿ ਜਿਹੜੇ ਆ ਇਸ ਲੋੜੀ ਦੇ ਵਿੱਚ ਸ਼ਿਰਕਤ ਕਰਨਗੇ ਉਹ ਇਸ ਤਰ੍ਹਾਂ ਆ ਜੀ ਕਿ ਜਿਹੜਾ ਇਹ ਸਮਾਜ ਸੇਵੀ ਕੰਮ ਆ ਇਹ ਬਿਲਕੁਲ ਅਲੱਗ ਆਪਣੇ ਆਪ ਚ ਸਾਰੇ ਪੰਜਾਬ ਵਿੱਚ ਇਸ ਕਰਕੇ ਜਿੰਨੇ ਵੀ ਚਾਹੇ ਪੋਲੀਟੀਸ਼ੀਅਨ ਆ ਚਾਹੇ ਧਾਰਮਿਕ ਸਾਡੇ ਹੈਗੇ ਆ ਲੀਡਰ ਤੇ ਚਾਹੇ ਹੋਰ ਸਮਾਜ ਸੇਵੀ ਲੋਕ ਆ ਉਹ ਸਾਰੇ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਂਦੇ ਆ ਸੋ ਇਸ ਕਰਕੇ ਪੋਲੀਟੀਕਲ ਲੀਡਰ ਜਿਹੜੇ ਆ ਇੱਥੇ ਆਉਂਦੇ ਆ ਕਿ ਇਹ ਇਹ ਜਿਹੜੀ ਇੱਕ ਵਿਲੱਖਣ ਚੀਜ਼ ਆ ਲੜਕੀਆਂ ਦੀ ਲੋੜੀ ਸੋ ਇਸ ਵਾਰੀ ਵੀ ਸਾਰੇ ਹਰ ਪਾਸੇ ਸਾਰੀਆਂ ਧਿਰਾਂ ਦਾ ਜਿਹੜਾ ਸਹਿਯੋਗ ਆ ਉਹ ਬਹੁਤ ਵੱਡੇ ਲੈਵਲ ਤੇ ਆ ਸੋ ਬਿਨਾਂ ਸ਼ੱਕ ਪੋਲੀਟੀਸ਼ੀਅਨਸ ਵੀ ਜਿਹੜੇ ਆ ਉਹ ਵੀ ਜਿੱਦਾਂ ਪਹਿਲਾਂ ਸ਼ਾਮਲ ਹੁੰਦੇ ਰਹੇ ਆ ਉਸੇ ਤਰ੍ਹਾਂ ਬਾਕੀ ਸੰਗਤ ਦੇ ਨਾਲ ਉਹ ਵੀ ਸ਼ਾਮਲ ਹੋਣਗੇ ਸੋ ਭਾਜੀ ਕੀ ਕਹਿਣਾ ਚਾਹੋਗੇ ਆਪਣੀ ਸੁਸਾਇਟੀ ਦੇ ਵੱਲੋਂ ਜਿਹੜਾ ਸਮੂਹ ਪੰਜਾਬੀ ਭਾਈਚਾਰਾ ਇਸ ਆਪਣੀ ਵੀਡੀਓ ਨੂੰ ਦੇਖ ਰਿਹਾ ਉਹਨਾਂ ਨੂੰ ਧੀਆਂ ਲਈ ਕੀ ਸਨੇਹਾ ਦੇਣਾ ਚਾਹੁੰਦੇ ਹੋ ਹਾਂਜੀ ਮੈਂ ਤਾਂ ਕਮਲਹੀਰ ਨੇ ਇੱਕ ਗਾਇਆ ਸੀ ਕੁੜੀਏ ਮੇਰੇ ਦੇਸ਼ ਦੀਏ ਤਕਦੀਰ ਬਣਾ ਲੈ ਤੂੰ ਤੇਰੇ ਤੇ ਕੋਈ ਜ਼ੁਲਮ ਕਰੇ ਹਥਿਆਰ ਉਠਾ ਲੈ ਤੂੰ ਆਪਣੇ ਹੱਥੋਂ ਕਦੀ ਕਿਤਾਬਾਂ ਖੋਵਣ ਦੇ ਵੀ ਨਾ ਅਨਪੜਤਾ ਨੂੰ ਰੰਗਲੀ ਕਿਸਮਤ ਧੋਵਣ ਦੇ ਵੀ ਨਾ ਤੇਰੇ ਕਰਕੇ ਦੁਨੀਆ ਦੁਨੀਆ ਨੂੰ ਸਮਝਾ ਲੈ ਤੂੰ ਜਿਹੜਾ ਔਰਤਾਂ ਨੂੰ ਗੁਰਬਾਣੀ ਵਿੱਚ ਵੀ ਬਹੁਤ ਵੱਡੀ ਮਹਾਨਤਾ ਦਿੱਤੀ ਗਈ ਹੈ ਪਰ ਸਦੀਆਂ ਤੋਂ ਸਾਡਾ ਮਰਦ ਪ੍ਰਧਾਨ ਸਮਾਜ ਚੱਲਿਆ ਆਉਂਦਾ ਸੋ ਉਹਦੀ ਸੋਚ ਨੂੰ ਬਦਲਣ ਲਈ ਇਦਾਂ ਦੇ ਜਿਹੜੇ ਫੰਕਸ਼ਨ ਆ ਉਹ ਕੀਤੇ ਜਾਂਦੇ ਆ ਤਾਂ ਕਿ ਉਤਸ਼ਾਹ ਜਦੋਂ ਬੱਚੀ ਜਨਮਦੀ ਆ ਉਸ ਵੇਲੇ ਹੀ ਉਹਨੂੰ ਇਹ ਬਾਅਦ ਵਿੱਚ ਦੱਸਿਆ ਜਾਵੇ ਕਿ ਤੇਰੀ ਵੀ ਲੋੜੀ ਪਈ ਸੀ ਨਹੀਂ ਤਾਂ ਆਪਣੇ ਜਿਆਦਾ ਲੜਕੀਆਂ ਦੀ ਲੋੜੀ ਪਾਉਂਦੇ ਆ ਹੁਣ ਇੰਡੀਵਿਜੂਅਲੀ ਵੀ ਇਕੱਲੇ ਇਕੱਲੇ ਘਰਾਂ ਵਿੱਚ ਵੀ ਮੈਂ ਵੇਖਿਆ ਬਹੁਤ ਲੋਕ ਇਹੋ ਜਿਹੇ ਪਰਿਵਾਰ ਸਾਡੇ ਪਿਆਰੇ ਜਿਹੜੇ ਲੜਕੀਆਂ ਦੀ ਲੋੜੀ ਪਾਉਣ ਲੱਗੇ ਆ ਸੋ ਇੱਕ ਬਹੁਤ ਵਧੀਆ ਗੱਲ ਆ ਸੋ ਬੱਚੀਆਂ ਨੂੰ ਪੂਰਾ ਬਣਦਾ ਮਾਣ ਸਤਿਕਾਰ ਸਾਰੇ ਦੇਵੋ ਤੇ ਇਹ ਜੋਹਲ ਪਰਿਵਾਰ ਖਾਸ ਤੌਰ ਤੇ ਪਿੰਦੂ ਜੋਹਲ ਯੂਕੇ ਇਨਾਂ ਦੀ ਸਾਰੀ ਇਹ ਸੰਸਥਾ ਜਿਹੜੀ ਆ ਉਹ ਹਰ ਸਾਲ ਇੱਡਾ ਵੱਡਾ ਉਪਰਾਲਾ ਕਰਦੀ ਆ ਇਸ ਲਈ ਇਹ ਵਧਾਈ ਦੇ ਹੱਕਦਾਰ ਆ ਅਸੀਂ ਵੀ ਸਾਰੇ ਜਿੱਦਾਂ ਬਾਕੀ ਨਾਲ ਸ਼ਾਮਲ ਹੁੰਦੇ ਆ ਸਾਡਾ ਵੀ ਸਹਿਯੋਗ ਹਮੇਸ਼ਾ ਨਾਲ ਦਿੰਦਾ ਧੰਨਵਾਦ ਸੋ ਦੋਸਤੋ ਇਸੇ ਤਰ੍ਹਾਂ ਜੁੜੇ ਰਹੋ ਕਿਉਂਕਿ ਤੁਹਾਨੂੰ ਮੈਂ ਜਾਣੂ ਕਰਾਵਾਂਗਾ ਪੰਜਾਬ ਦੀ ਹਰੀ ਹਰ ਇੱਕ ਨਵੀਂ ਅਪਡੇਟ ਖਬਰ ਦੇ ਨਾਲ